ਅੱਜ ਦੀ ਅੰਜੀਲ ਦਾ ਆਖਰੀ ਵਚਨ ਜਿਸ ਮਾਪ ਨਾਲ ਤੁਸੀਂ ਦਿੰਦੇ ਹੋ ਉਸ ਮਾਪ ਨਾਲ ਤੁਹਾਨੂੰ ਵੀ ਦਿੱਤਾ ਜਾਵੇਗਾ। ਅਸੀਂ ਬਹੁਤ ਨਾਸੁਕ ਹਾਂ, ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਸਾਡੇ ਉੱਤੇ ਦੋਸ਼ ਨਾ ਲਾਵੇ ਅਤੇ ਕੋਈ ਵੀ ਸਾਡੀ ਆਲੋਚਨਾ ਨਾ ਕਰੇ, ਪਰ ਅਸੀਂ ਹਰ ਚੀਜ਼ ਅਤੇ ਹਰ ਕਿੱਸੇ ਉੱਤੇ ਟਿੱਪਣੀ ਕਰਨਾ ਪਸੰਦ ਕਰਦੇ ਹਾਂ। ਇਸੇ ਲਈ ਯੇਸੂ ਕਹਿੰਦਾ ਹੈ, ਜੇਕਰ ਤੁਸੀਂ ਨਿਰਣਾ ਕਰੋਗੇ ਤੁਹਾਡਾ ਨਿਰਣਾ ਕੀਤਾ ਜਾਵੇਗਾ, ਜੇਕਰ ਤੁਸੀਂ ਦੋਸ਼ ਲਾਵੋਗੇ ਤੁਹਾਨੂੰ ਵੀ ਦੋਸ਼ੀ ਠਹਿਰਾਇਆ ਜਾਵੇਗਾ, ਜੇਕਰ ਤੁਸੀਂ ਮਾਫ਼ ਕਰੋਗੇ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ। ਮੇਰੇ ਪ੍ਰਭੂ ਯੇਸੂ ਮੈਨੂੰ ਇਹ ਸਿਧਾਂਤ ਸਿਖਾ ਕਿ ਇੱਕ ਕ੍ਰਿਆ ਲਈ ਉਸਦੇ ਬਰਾਬਰ ਅਤੇ ਉਲਟ ਪ੍ਰਤੀਕ੍ਰਿਆ ਹੁੰਦੀ ਹੈ। ਇਹ ਪ੍ਰਭੂ ਅੱਜ ਮੈਨੂੰ ਇਸ ਗਿਆਨ ਵਿੱਚ ਕਿ ਜਿਸ ਮਾਪ ਨਾਲ ਮੈਂ ਦਿੰਦਾ ਹਾਂ ਉਸ ਮਾਪ ਨਾਲ ਹੀ ਮੈਨੂੰ ਦਿੱਤਾ ਜਾਵੇਗਾ, ਚੰਗੇ ਕਰਮ ਕਰਕੇ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।